ਸਤੀ ਸੜੀ ਜੀ ਅੱਜ ਜਿਹੜਾ ਫੇਸ 9 ਚ ਇੱਕ ਹਿੰਦੂ ਮੁਸਲਮਾਨ ਦਾ ਜਿਹੜਾ ਨਵਾਂ ਵਿਵਾਦ ਸਾਹਮਣੇ ਆ ਰਿਹਾ ਹੈ ਉਸ ਚ ਹਾਲਾਂਕਿ ਕੁਝ ਲੀਡਰ ਜਿਹੜੇ ਨੇ ਉਹ ਥਾਣੇ ਚ ਵੀ ਪਹੁੰਚ ਚੁੱਕੇ ਨੇ ਤੁਹਾਡੀ ਨੋਟਿਸ ਚ ਵੀ ਹੋਏਗਾ ਸਰ ਕੀ ਹੈ ਮਾਮਲਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਸ਼ਾਇਦ ਤੁਸੀਂ 9 ਫੇਸ ਵਿੱਚ ਜਿਹੜਾ ਕਬਰਿਸਤਾਨ ਦੀ ਇੱਕ ਦੀਵਾਰ ਦਾ ਕੱਲ ਮਸਲਾ ਉੱਠਿਆ ਸੀ ਜਿਹੜਾ ਅੱਜ ਅਖਬਾਰਾਂ ਵਿੱਚ ਤੁਹਾਡੇ ਪੱਤਰਕਾਰਾਂ ਭਾਈਆਂ ਰਾਹੀਂ ਆਇਆ ਹੈ ਔਰ ਮੈਨੂੰ ਵੀ ਅੱਜ ਪਤਾ ਲੱਗਿਆ ਇਸ ਬਾਰੇ ਮੈਂ ਕੱਲ ਤੇ ਲੋਕਲ ਸੀਗਾ ਵੀ ਨਹੀਂ ਇਹ ਮਸਲਾ ਮੇਰੇ ਨੋਟਿਸ ਆਇਆ ਹੈ ਔਰ ਇਹ ਜ ਉਹਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਹੈਰਾਨਗੀ ਇਹ ਹੋਈ ਹੈ ਕਿ ਇਹ ਇਲੈਕਸ਼ਨਾਂ ਦੇ ਟਾਈਮ ਵਿੱਚ ਜਿਹੜਾ Hindu Muslim ਭਾਈਚਾਰਾ ਇਹਨੂੰ ਜਿਹੜਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇਸ ਨੂੰ ਉਸ ਨਜ਼ਰ ਨਾਲ ਦੇਖਦਾ ਕਿ ਇਹ ਮਸਲਾ ਜਿਹੜਾ ਸਰਕਾਰ ਦਾ ਸਰਕਾਰ ਦੇ ਦੁਆਰਾ ਕ੍ਰੀਏਟ ਕੀਤਾ ਗਿਆ ਹੈ ਜੇ ਮੈਂ ਡਿਟੇਲ ਵਿੱਚ ਜਾਵਾਂ ਇਦੀ وجہ ਇਹ ਹੈ ਵੀ 15 ਸਾਲ ਤੋਂ ਇਹ ਮਸਲਾ ਅਸੀਂ ਦੇਖਦੇ ਆ ਰਹੇ ਹਾਂ ਹਰ ਸਾਲ ਇਹ ਉਹ ਜਿਹੜੀ ਜਗ੍ਹਾ ਹੈਗੀ ਆ ਵਕਫ ਬੋਰਡ ਦੀ ਕਹਿੰਦੇ ਆ ਪਈ ਹੈਗੀ ਹੈ ਤੇ ਮੈਨੂੰ ਉਹਦੇ ਬਾਰੇ ਕਾਫੀ ਜ਼ਿਆਦਾ ਮਾਲੂਮਾਤ ਨਹੀਂ ਹੈ ਲੇਕਿਨ ਇਹਦਾ ਇੱਕ ਕੇਸ ਵੀ ਪਿਆ ਸੀਗਾ ਵਕਫ ਬੋਰਡ ਦੇ ਅਗੇਂਸਟ ਉਹਦੇ ਕੇਸ ਮੰਦਰ ਦੇ ਕੁਝ ਪਰਿਵਾਰੀਆਂ ਨੇ ਪਾਇਆ ਸੀ ਬੜੇ ਪੁਰਾਣੇ ਟਾਈਮ ਤੇ ਉਹਦਾ ਕੀ ਬਣਿਆ ਮੈਨੂੰ ਉਹਦੇ ਬਾਰੇ ਵੀ ਪੂਰਾ ਨਹੀਂ ਪਤਾ ਲੀਗਲੀ ਕੀ ਸਟੇਟਸ ਹੈ ਬਟ ਜਿਹੜਾ ਇਹ ਦੀਵਾਰ ਵਾਲਾ ਮਸਲਾ ਜਿਹੜਾ ਹੁਣ ਇਲੈਕਸ਼ਨਾਂ ਤੋਂ ਪਹਿਲਾਂ ਆਇਆ ਹੈ ਇਹ ਪਿਛਲੇ ਕੋਵਿਡ ਤੋਂ ਪਹਿਲਾਂ ਵੀ ਇਹ ਦੀਵਾਰ ਦਾ ਇਸ਼ੂ ਬਲਬੀਰ ਸਿੱਧੂ ਜੀ ਮਾਨਯੋਗ ਮੰਤਰੀ ਜੀ ਨੇ ਸ਼ੁਰੂ ਕੀਤਾ ਸੀ ਬਣਵਾਉਂਦਾ ਤੇ ਉਦੋਂ ਉੱਥੇ ਲੋਕਲ ਰੈਜ਼ੀਡੈਂਟਸ ਨੇ ਮਿਲ ਕੇ ਮੰਦਰ ਕਮੇਟੀ ਨੇ ਔਰ ਪੂਰਾ ਵਿਰੋਧ ਕੀਤਾ ਸੀ ਕਿ ਇਹ ਰੈਜ਼ੀਡੈਂਸ਼ੀਅਲ ਏਰੀਆ ਵਿੱਚ ਜਿਹੜਾ ਕਬਰਿਸਤਾਨ ਦਾ ਏਰੀਆ ਹੈ ਇਹ ਸ਼ਿਫਟ ਹੋਣਾ ਚਾਹੀਦਾ ਔਰ ਕਿਸੇ ਵੀ ਅਸੀਂ ਪੂਰੇ ਪੰਜਾਬ ਵਿੱਚ ਜਾਂ ਪੂਰੇ ਕਿਤੇ ਵੀ ਦੇਖ ਲਈਏ ਜਿੱਥੇ ਡੈਂਸਲੀ ਪੋਪੂਲੇਟਿਡ ਰੈਸ਼ੀ ਏਰੀਆ ਉੱਥੇ ਕਬਰਿਸਤਾਨ ਹੋਣਾ ਨਹੀਂ ਚਾਹੀਦਾ ਇਹ ਸਰਕਾਰ ਨੂੰ ਚਾਹੀਦਾ ਵੀ ਇਹਦਾ ਜਿੰਨੀਆਂ ਵੀ ਸਰਕਾਰਾਂ ਰਹੀਆਂ ਹੁਣ ਪਿਛਲੇ 4.5 ਸਾਲ ਤੋਂ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਉਸ ਤੋਂ ਪਹਿਲਾਂ ਵੀ ਇਹ ਮਸਲਾ ਰੈਗੂਲਰ ਚੱਲਦਾ ਆ ਰਿਹਾ ਹੈ ਮੈਂ ਪੁੱਛਣਾ ਚਾਹੁੰਦਾ ਵੀ ਉਦੋਂ ਇਹ ਮਸਲਾ ਸੋਲਵ ਕਿਉਂ ਨਹੀਂ ਹੋਇਆ ਇਹਦੀ ਕਬਰਿਸਤਾਨ ਜਿੱਥੇ ਹੋਣਾ ਚਾਹੀਦਾ ਹੈ ਰੈਹਾਸ਼ੀ ਇਲਾਕੇ ਵਿੱਚ ਬਿਲਕੁਲ ਨਹੀਂ ਹੋਣਾ ਚਾਹੀਦਾ ਮੁਹੱਲੇ ਵਿੱਚ ਇਹ ਨਹੀਂ ਹੈ ਵੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਇਹ ਸ਼ਿਫਟ ਕੀਤਾ ਜਾ ਨਹੀਂ ਕੀਤਾ ਜਾ ਸਕਦਾ ਸੀ ਇਹਦਾ ਹੱਲ ਟਾਈਮ ਸਿਰ ਨਹੀਂ ਕੱਢਿਆ ਗਿਆ ਔਰ ਇਲੈਕਸ਼ਨਾਂ ਦੇ ਕੋਲ ਆ ਕੇ ਮੈਂ ਤਾਂ ਇਹਨੂੰ ਇਹ ਸਮਝਦਾ ਪੀ ਇਹ ਇੱਕ ਜਿਦਾ ਧਾਰਮ ਪਹਿਲਾਂ ਭਾਜਪਾ ਕਰਦੀ ਸੀਗੀ ਹੁਣ ਇਹ ਕਾਂਗਰਸ ਨੇ ਜਿਹੜੀ ਕਰੰਟ ਸਰਕਾਰ ਹੈ ਇੱਕ ਹਿੰਦੂ ਮੁਸਲਮ ਜਿਹੜਾ ਭਾਈਚਾਰਾ ਨੂੰ ਠੇਸ ਪਹੁੰਚਾਉਣ ਲਈ ਇੱਕ ਨਵਾਂ ਮਸਲਾ ਇਲੈਕਸ਼ਨਾਂ ਤੋਂ ਪਹਿਲਾਂ ਲੈ ਕੇ ਆਏ ਆ ਕਿਉਂਕਿ ਇਹਨਾਂ ਨੂੰ ਪਤਾ ਵੀ ਅੱਜ ਦੀ ਡੇਟ ਵਿੱਚ ਜੋ ਇਹਨਾਂ ਦਾ ਵਿਰੋਧ ਪਿੰਡਾਂ ਵਿੱਚ ਹੋ ਰਿਹਾ ਬਲਬੀਰ ਸਿੱਧੂ ਜੀ ਦਾ ਜੇ ਮੈਂ ਮੋਹਾਲੀ ਜ਼ਿਲ੍ਹੇ ਦੀ ਗੱਲ ਕਰਾਂ ਸ਼ਾਮਲਾੜ ਜਗ੍ਹਾ ਤੇ ਮਸਲੇ ਵਿੱਚ ਚਾਹੇ ਗਊਸ਼ਾਲਾ ਲਾਲੋ ਜਾਂ ਦਾਉਂ ਦੀ ਜਗ੍ਹਾ ਦਾ ਜਾਂ ਹਾਈ ਕੋਰਟ ਨੇ ਵੀ ਸ਼ਾਮਲਾੜ ਜਗ੍ਹਾ ਦੇ ਜਿੰਨੇ ਵੀ ਕੈਨਸਲ ਕੀਤੇ ਆ ਰੈਜ਼ੋਲੂਸ਼ਨ ਤੇ ਇਹ ਉਹਨਾਂ ਵਿੱਚ ਇੱਕ ਹੈ ਔਰ ਹੋ ਸਕਦਾ ਪਈ ਇਹਨਾਂ ਦਾ ਵਕ ਬੋਰਡ ਨਾਲ ਕੀ ਤਾਲਮੇਲ ਹੋਇਆ ਮੈਂ ਇਸ ਬਾਰੇ ਜਿਆਦਾ ਨਹੀਂ ਕਹਿਣਾ ਚਾਹੁੰਦਾ ਬਟ ਅੰਨਾ ਜ਼ਰੂਰ ਕਹਿਣਾ ਚਾਹੀਦਾ ਪਈ ਇਹ ਅਵਾਇਡੇਬਲ ਚੀਜ਼ ਸੀਗੀ ਇਲੈਕਸ਼ਨਾਂ ਤੋਂ ਪਹਿਲਾਂ ਇਸ ਸਟੇਜ ਤੇ ਕੜਨਾ ਮੈਂ ਇਹਨੂੰ ਇੱਕ ਸਿਆਸੀ ਮੁੱਦਾ ਦੇਖਦਾ ਤੇ ਸਰ ਜਿਹੜਾ ਕਿ ਇਸ ਤਰ੍ਹਾਂ ਉਥੇ ਜਿਹੜੇ ਕਾਉਂਸਲਰ ਨੇ ਕਮਲਜੀਤ ਬੰਨੀ ਨੇ ਵੀ ਇਹ ਗੱਲ ਕਹੀ ਹੈ ਕਿ ਵੀ ਇਹ ਜਗ੍ਹਾ ਜਿਹੜੀ ਆਲਰੇਡੀ ਜਿਹੜੀ ਹੈ ਉਹਨਾਂ ਨੂੰ ਬਲਾਗ ਹੀ ਦੇ ਦਿੱਤੀ ਗਈ ਹੈ ਫੇਰ ਉਸ ਦੇ باوجود ਇਸ ਤਰ੍ਹਾਂ ਦਾ ਜਿਹੜਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਕੀ ਰਾਜਨੀਤੀ ਹੈ ਇਹਦੇ ਵਿੱਚ ਕੁਝ ਹੋਰ ਹੈ ਮੇਰਾ ਜਵਾਬ ਤੁਹਾਡੇ ਸਵਾਲ ਦੇ ਵਿੱਚ ਹੀ ਹੈ ਵੀ ਇੱਕ ਪਾਸੇ ਤਾਂ ਕਮਲਜੀਤ ਬੰਨੀ ਜੀ ਇਹ ਕਹਿ ਰਹੇ ਆ ਜਿਹੜੇ ਕਾਉਂਸਲਰ ਆ ਉਸ ਵਾਰਡ ਦੇ ਵੀ ਇਹਨੂੰ ਜਗ੍ਹਾ ਅਲੋਟ ਹੋ ਚੁੱਕੀ ਹੈ ਮੁਸਲਮਾਨਾਂ ਨੂੰ ਕਬਰਿਸਤਾਨ ਵਾਸਤੇ ਜਗ੍ਹਾ ਅਲੱਗ ਅਲੋਟ ਹੋ ਗਈ ਹੋਈ ਆ ਬਿਲੋਂਗਿੰਗ ਵਿੱਚ ਜੇ ਉਹ ਸੈਟੀਸਫਾਈਡ ਸੀਗੇ ਤੇ ਉੱਥੇ ਜਿਹੜੀ ਕੰਸਟ੍ਰਕਸ਼ਨ ਦੇ ਟਾਈਮ ਸਾਰੇ ਮੁਸਲਮ ਭਾਈਚਾਰਿਆਂ ਨੇ ਉੱਥੇ ਪੂਰਾ ਇਨਵੋਲਵ ਸੀਗੇ ਔਰ ਉਹਨਾਂ ਦੀ ਐਪਲੀਕੇਸ਼ਨ ਤੇ ਡੀਸੀ ਏਡੀਸੀ ਵੱਲੋਂ ਪਰਮਿਸ਼ਨ ਦਿੱਤੀ ਗਈ ਪੁਲਿਸ ਪ੍ਰੋਟੈਕਸ਼ਨ ਦਿੱਤੀ ਗਈ ਜੋ ਸੈਟੀਸਫਾਈਡ ਸੀਗੇ ਬਲੋਂਗੀ ਦੀ ਜਗ੍ਹਾ ਤੋਂ ਤੇ ਫਿਰ ਉਹਨਾਂ ਨੇ ਉੱਥੇ ਕੀ ਕਰਨ ਆਣਾ ਸੀ ਇਹਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਦੀ ਉਹਨਾਂ ਨੂੰ ਕੀ ਲੋੜ ਸੀ ਜੀਓ ਸੈਟੀਸਫਾਈਡ ਸੀਗੇ ਉਹਦਾ ਸਿਰਫ ਮਸਲਾ ਇਹ ਹੈ ਵੀ ਇਹ ਜਗ੍ਹਾ ਨੂੰ ਲੀਗਲੀ ਤੌਰ ਤੇ ਚਾਰਦੀਵਾਰੀ ਕਰਕੇ ਕਾਬਜ ਕਰਵਾਣਾ ਤਾਂ ਕਿ ਹਿੰਦੂ ਮੁਸਲਮ ਭਾਈਚਾਰਿਆਂ ਵਿੱਚ ਇੱਕ ਰੋਸ ਪੈਦਾ ਹੋਵੇ ਔਰ ਇਲੈਕਸ਼ਨਾਂ ਵਿੱਚ ਹੋ ਸਕਦਾ ਜਿਹੜੀ ਕਰੰਟ ਸਰਕਾਰ ਹੈਗੀ ਹੈ ਕਾਂਗਰਸ ਦੀ ਉਹ ਇਹ ਵੀ ਚਾਹੁੰਦੀ ਹੈ ਵੀ ਕਿਸੇ ਤਰ੍ਹਾਂ ਜਿੱਦਾਂ ਪੂਰੇ ਪੰਜਾਬ ਵਿੱਚ ਇਲੈਕਸ਼ਨਾਂ ਦਾ ਜਿਹੜਾ ਮੁੱਦਾ ਇਹ ਇੱਕ ਕ੍ਰੀਏਟ ਕਰਕੇ ਸਿਚੁਏਸ਼ਨ ਅੱਗੇ ਪਾਣਾ ਚਾਹੁੰਦੇ ਆ ਮੋਹਾਲੀ ਵਿੱਚ ਵੀ ਇਹ ਚਾਹੁੰਦੇ ਵੀ ਕਿਸੇ ਤਰ੍ਹਾਂ ਰੋਸ ਪੈਦਾ ਹੋਵੇ ਔਰ ਉਹ ਜਿਹੜਾ ਇਲੈਕਸ਼ਨ ਨਾ ਹੀ ਹੋਣ ਤਾਂ ਕਿ ਇਹ ਇਲੈਕਸ਼ਨਾਂ ਤੋਂ ਬਚਣ ਇਹ ਵੀ ਮੁੱਦਾ ਹੋ ਸਕਦਾ ਜਿਹਨੂੰ ਮੈਂ ਇਸ ਨਜ਼ਰੀਏ ਨਾਲ ਵੀ ਦੇਖਦਾ ਅੱਜ ਦੀ ਸਥਿਤੀ ਜੇ ਗੱਲ ਕਰੀਏ ਮਾਹੌਲ ਸਰ ਕਿਸ ਤਰ੍ਹਾਂ ਦਾ ਤਣਾਅਪੂਰਨ ਬਣਿਆ ਹੋਇਆ ਹੈ ਮਤਲਬ ਹਾਲਾਤ ਠੀਕ ਨਹੀਂ ਹੈ ਦੇਖੋ ਜੋ ਮੇਰੀ ਨੌਲੇਜ ਇਚ ਆਇਆ ਵੀ ਉੱਥੇ ਪੁਰਾਣੇ ਜਿਹੜੇ ਸਾਬਕਾ ਕਾਉਂਸਲਰ ਸੀ ਮੈਡਮ ਪ੍ਰਕਾਸ਼ਾ ਜੀ ਉਹਨਾਂ ਦੇ ਬੇਟੇ ਰਮੇਸ਼ ਸ਼ਰਮਾ ਜੀ ਨੂੰ ਪੁਲਿਸ ਫੜ ਕੇ ਲੈ ਕੇ ਗਈ ਹੈ ਮੌਕੇ ਤੇ ਕੀ ਹੋਇਆ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਮੇਰੀ ਐਸ ਐਚ ਓ ਸਾਹਿਬ ਨਾਲ ਗੱਲ ਹੋਈ ਤੇ ਕੋਈ 1 ਘੰਟਾ ਪਹਿਲਾਂ ਗੱਲ ਹੋਈ ਸੀ ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਨਾਂ ਨੂੰ ਛੱਡ ਰਹੇ ਹਾਂ ਤੇ ਕੋਈ ਇਹਦੇ ਵਿੱਚ ਗੱਲ ਨਹੀਂ ਅਸੀਂ ਚਾਰ ਦਿਵਾਰੀ ਹੋਣ ਦਾ ਸਾਨੂੰ ਉਪਰੋਂ ਇੰਸਟ੍ਰਕਸ਼ਨ ਆ ਇਹ ਹੈ ਮੈਂ ਇਸ ਨੂੰ ਇੱਕ ਸਿਆਸੀ ਮੁੱਦੇ ਨੂੰ ਹਟ ਕੇ ਕੁਝ ਨਹੀਂ ਦੇਖਣਾ ਚਾਹੁੰਦਾ ਜਿਹੜਾ ਸਰਕਾਰੀ ਮਸ਼ੀਨਰੀ ਦਾ ਵੀ ਉਪਯੋਗ ਕਰ ਰਿਹਾ ਹੈ ਸਤ ਸਿਆਸੀ ਦੀ ਗੱਲ ਕਰੀਓ ਸਿਆਸਤ 'ਚ ਜੇ ਆਪਾਂ ਗੱਲ ਕਰੀਏ ਤੁਸੀਂ ਵੀ ਆਮ ਆਦੀ ਪਾਰਟੀ ਦੇ ਮਤਲਬ ਰਿਪਰੈਜ਼ੈਂਟੇਟਿਵ ਹੋ ਤਾਂ ਤੁਸੀਂ ਕੀ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਮੈਂ ਤਾਂ ਤੁਹਾਡੇ ਨਾਲ ਜਿਹੜੀ ਅੱਜ ਕੋਈ ਵੀ ਗੱਲ ਕਰ ਰਿਹਾ ਇਹ ਮੈਂ ਆਪਣੇ ਪਰਸਨਲ ਤੌਰ ਤੇ ਇੱਕ ਗੱਲ ਕਰ ਰਿਹਾ ਇਹ ਇੱਕ ਜਿਹੜਾ ਧਰਮ ਦੇ ਨਾਂ ਤੇ ਜਿਹੜਾ ਲੋਕਾਂ ਨੂੰ ਲੜਾਣਾ ਭੜਕਾਣਾ ਵਾਲਾ ਜਿਹੜਾ ਇਹ ਇਸ਼ੂ ਕੋਈ ਵੀ ਕ੍ਰੀਏਟ ਕਰਨਾ ਚਾਹੇ ਕਬਰੀਸਤਾਨ ਦਾ ਚਾਹੇ ਹੋਰ ਵੀ ਇਹਨਾਂ ਨੇ ਪਲਾਨ ਕੀਤੇ ਹੋਣ ਮੈਂ ਪਰਸਨਲੀ ਇਸ ਦੇ ਅਗੇਂਸਟ ਹਾਂ ਕੋਈ ਵੀ ਪਾਰਟੀ ਹੋਵੇ ਉਹਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਤੇ ਅੱਗੇ ਕੀ ਕਰੋਗੇ ਅਗਲੀ ਦੀ ਰਣਨੀਤੀ ਹੋਏਗੀ ਇਸ ਚੀਜ਼ ਨੂੰ ਲੈ ਕੇ ਦੇਖੋ ਜੇ ਤਾਂ ਉਹਨਾਂ ਨੇ ਇਸ ਇਸ਼ੂ ਤੇ ਕਿਸੇ ਨੂੰ ਅਰੈਸਟ ਕੀਤਾ ਹੈ ਤੇ ਕਿਉਂ ਕੀਤਾ ਹੈ ਇਹ ਸਰਕਾਰੀ ਕਾਰਵਾਈ ਹੈ ਲੇਕਿਨ ਮੈਂ ਇਹ ਚਾਹਾਂਗਾ ਵੀ ਜੇ ਇਹ ਹਿੰਦੂ ਇਹ ਉਹਨਾਂ ਦਾ ਇੱਕ ਕਦਮ ਹੈ ਔਰ ਉਹਨਾਂ ਦੀ ਇੱਕ ਸਫਲਤਾ ਹੈ ਮਾਨਯੋਗ ਬਲਬੀਰ ਸਿੰਘ ਸਿੱਧੂ ਜਿਨ੍ਹਾਂ ਬਾਰੇ ਮੈਂ ਪਰਸਨਲ ਤੌਰ ਤੇ ਕਹਾਂਗਾ ਇਹ ਵੀ ਹੋ ਸਕਦਾ ਵੀ ਇਹਨਾਂ ਦੀ ਵਗ ਬੋਰਡ ਨਾਲ ਪਤਾ ਨਹੀਂ ਕੀ ਅੰਦਰ ਖਾਤੇ ਕੀ ਹੋਈ ਆ ਜਿੱਦਾਂ ਇਹਨਾਂ ਨੇ ਬਲੌਂਗੀ ਗਊਸ਼ਾਲਾ ਆਪਣੇ ਘਰ ਦੀ ਬਣਾਤੀ ਇਹਦੇ ਵਿੱਚ ਵੀ ਚੇਅਰਮੈਨ ਆਪ ਹੀ ਨਾਲ ਲੱਗੇ ਹੋਣ ਇਹ ਵੀ ਹਾਲੇ ਮੈਂ ਅੱਜ ਦੀ ਡੇਟ ਵਿੱਚ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਇਹਨਾਂ ਤੋਂ ਜੋ ਵੀ ਇਹਨਾਂ ਨੇ ਅੱਜ ਤੱਕ ਕੰਮ ਕੀਤੇ ਆ ਇਹ ਚੀਜ਼ ਵੀ ਐਕਸਪੈਕਟਿਡ ਆ ਵੀ ਇਹ ਵੀ ਹੋ ਸਕਦਾ ਸਰ ਮੇਰਾ ਕੁਐਸਚਨ ਹੈ ਕਿ ਆਮ ਆਦੀ ਪਾਰਟੀ ਦਾ ਕੋਈ ਸਟੈਂਡ ਹੋਵੇਗਾ ਇਸ ਚੀਜ਼ ਨੂੰ ਲੈ ਕੇ ਦੇਖੋ ਕੋਈ ਪਾਰਟੀ ਕੋਈ ਵੀ ਹੋਵੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਹੋਵੇ ਮੈਂ ਹਲੇ ਤੱਕ ਜੋ ਵੀ ਤੁਹਾਨੂੰ ਵਿਚਾਰ ਰੱਖੇ ਉਹ ਆਪਣੇ ਪਰਸਨਲ ਨਿੱਜੀ ਵਿੱਚ ਵਿਚਾਰ ਸਿਗੇ ਇੱਕ ਵਾਸੀ ਹੋਣ ਦੇ ਨਾਤੇ ਕੁਦਰਤੀ ਮੈਂ ਵੀ ਨੋ ਫੇਸ ਵਿੱਚ ਹੀ ਰਹਿਣਾ ਹੈ ਲੇਕਿਨ ਆਮ ਆਦਮੀ ਪਾਰਟੀ ਵੱਲੋਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਕਿ ਮੈਂ ਤਾਂ ਚਾਹਾਂਗਾ ਵੀ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਇਹ ਜਿਹੜੀ ਵੀ ਕਾਂਗਰਸ ਦੀ ਹੈ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੇ ਇਹ ਧਾਰਮਿਕ ਰੋਸ ਲੋਕਾਂ ਵਿੱਚ ਭੜਕਾਉਣ ਦੇ ਮੁੱਦੇ ਤੇ ਸਾਰੀ ਇਕੱਠੀ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਹੈ